ਜਿਹੜੇ ਵੱਡੇ ਵੱਡੇ ਸ਼ਾਹੂਕਾਰ ਹੈ ਉਹਨਾਂ ਦੇ ਕਰੋੜਾਂ ਅਰਬਾਂ ਰੁਪਏ ਕਰਜ਼ੇ ਮੋਦੀ ਸਰਕਾਰ ਨੇ ਮਾਫ ਕਰਤੇ ਹੈ ਕਿ ਜਿਹੜੇ ਅਸੀਂ ਪੇਂਡੂ ਆਦਮੀ ਹੈ ਸਾਡੇ ਵਿੱਚ ਅਸਲੀ ਤਾਕਤ ਹੈ ਪਾਰਲੀਮੈਂਟ ਦੇ ਵਿੱਚ ਮੈਂਬਰ ਭੇਜਣ ਦੀ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਐਮ ਪੀ ਨੂੰ ਆਪਣੇ ਹੱਥ ਦੇ ਵਿੱਚ ਰੱਖਣਾ ਜਿਹੜਾ ਤੁਹਾਡਾ ਐਮ ਪੀ ਹੁੰਦਾ ਹੈ ਉਹਦਾ ਕੀ ਕੰਮ ਹੁੰਦਾ ਉਹ ਤੁਹਾਡਾ ਕੋਈ ਅਫਸਰ ਨਹੀਂ ਹੁੰਦਾ ਤੁਹਾਡਾ ਸਹਾਈ ਹੁੰਦਾ ਜਿਹੜੀ ਤੁਹਾਡੀ ਦੁੱਖ ਤਕਲੀਫ ਹੁੰਦੀ ਹੈ ਉਸ ਨੂੰ ਅੱਗੇ ਸਰਕਾਰ ਦੇ ਕੋਲ ਪੇਸ਼ ਕਰਕੇ ਉਹ ਦੁੱਖ ਨੂੰ ਠੀਕ ਕਰਦਾ ਬੇਸ਼ੱਕ ਪਿੰਡ ਦੇ ਵਿੱਚ ਹੋਵੇ ਜ਼ਿਲ੍ਹੇ ਦੇ ਵਿੱਚ ਹੋਵੇ ਹਲਕੇ ਦੇ ਸਰਕਾਰ ਪੰਜਾਬ ਦੇ ਵਿੱਚ ਹੋਵੇ ਦਿੱਲੀ ਦੇ ਵਿੱਚ ਹੋਵੇ ਅੱਜ ਆਪਣੇ ਬੱਚੇ ਸਾਰੇ ਮੁਲਕਾਂ ਦੇ ਵਿੱਚ ਗਏ ਆ ਜੇ ਉੱਥੇ ਤਕਲੀਫ ਹੋਵੇ ਇਹ ਸਾਰੇ ਕੰਮ ਤੁਹਾਡਾ ਮੈਂਬਰ ਪਾਰਲੀਮੈਂਟ ਕਰਦਾ ਅਤੇ ਜਿੰਨੇ ਵੀ ਐਮ ਪੀ ਚੁਣੇ ਜਾਂਦੇ ਆ ਸਭ ਤੋਂ ਜ਼ਿਆਦਾ ਇਹ ਪੇਂਡੂ ਇਲਾਕਿਆਂ ਤੋਂ ਚੁਣ ਕੇ ਜਾਂਦੇ ਆ ਪਰ ਜਦੋਂ ਪਾਰਲੀਮੈਂਟ ਦੇ ਵਿੱਚ ਪਹੁੰਚ ਜਾਂਦੇ ਆ ਇਹ ਸਰਮਾਏਦਾਰਾਂ ਦੇ ਹੱਥ ਦੇ ਵਿੱਚ ਆ ਕੇ ਆਪਣੀ ਜ਼ਮੀਨ ਨੂੰ ਵੇਚ ਦਿੰਦੇ ਆ ਇਸ ਕਰਕੇ ਸਾਡੇ ਜਿਹੜੇ ਕਿਸਾਨ ਹੈ ਕਿਸਾਨ ਮਜ਼ਦੂਰ ਹੈ ਉਹ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੈ ਰਾਜਪੁਰੇ ਦੇ ਕੋਲ ਬੈਠੇ ਹੈ ਉਹਨਾਂ ਦੀਆਂ ਮੰਗਾਂ ਕੀ ਹੈ ਕਿ ਸਵਾਮੀਨਾਥਨ ਰਿਪੋਰਟ ਲਾ ਦਿਓ ਕਰਜ਼ੇ ਮਾਫ ਕਰ ਦਿਓ ਐਮ ਐਸ ਪੀ ਨੂੰ ਕਾਨੂੰਨ ਬਣਾ ਦਿਓ ਛੋਟੀਆਂ ਗੱਲਾਂ ਪਰ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਹੈ ਉਹਨਾਂ ਦੇ ਕਰੋੜਾਂ ਅਰਬਾਂ ਰੁਪਏ ਕਰਜ਼ੇ ਮੋਦੀ ਸਰਕਾਰ ਨੇ ਮਾਫ ਕਰਤੇ ਹੈ ਇਹਦਾ ਮਤਲਬ ਹੈ ਕਿ ਜਿਹੜੇ ਅਸੀਂ ਪੇਂਡੂ ਆਦਮੀ ਹੈ ਸਾਡੇ ਵਿੱਚ ਅਸਲੀ ਤਾਕਤ ਹੈ ਪਾਰਲੀਮੈਂਟ ਦੇ ਵਿੱਚ ਮੈਂਬਰ ਭੇਜਣ ਦੀ ਪਰ ਇੱਕ ਵਾਰੀ ਅਸੀਂ ਇਹਨਾਂ ਨੂੰ ਭੇਜ ਦਿੰਦੇ ਹਾਂ ਉਹ ਚਿੜੀ ਖੰਭ ਛੁਡਾ ਕੇ ਚਲੀ ਜਾਂਦੀ ਹੈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਐਮ ਪੀ ਨੂੰ ਆਪਣੇ ਹੱਥ ਦੇ ਵਿੱਚ ਰੱਖਣਾ ਜਿਹਦਾ ਮਤਲਬ ਹੈ ਕਿ ਪਿੰਡਾਂ ਦੇ ਇਲੈਕਸ਼ਨ ਹੁੰਦੇ ਹੈ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੁੰਦੇ ਹੈ ਅਸੈਂਬਲੀ ਦੇ ਇਲੈਕਸ਼ਨ ਹੁੰਦੇ ਹੈ ਜੇ ਤੁਹਾਡਾ ਐਮ ਪੀ ਤੁਹਾਡੀ ਗੱਲ ਨਹੀਂ ਕਰਦਾ ਤੁਸੀਂ ਉਸ ਇਲੈਕਸ਼ਨ ਦੇ ਵਿੱਚ ਵੋਟਾਂ ਪਾ ਕੇ ਦੱਸ ਸਕਦੇ ਹੋ ਕਿ ਤੂੰ ਹੁਣ ਐਮ ਪੀ ਫੇਲ ਹੈ ਅਗਲੀ ਵਾਰੀ ਜੇ ਤੂੰ ਆਇਆ ਤੈਨੂੰ ਵੋਟ ਨਹੀਂ ਪੈ ਸਕਦੀ ਜਿੰਨਾ ਚਿਰ ਜੰਗ ਨਾ ਲੜੀਏ ਉਨਾ ਚਿਰ ਜਾਇਦਾਦਾਂ ਨਹੀਂ ਬਣਦੀਆਂ
ਜੇ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਨੂੰ ਡੇਗ ਕੇ ਜੰਗ ਜਿੱਤੀ ਸੀ, ਬੰਦਾ ਸਿੰਘ ਬਹਾਦਰ ਨੇ ਸਾਨੂੰ ਕਾਸ਼ਤਕਾਰਾਂ ਨੂੰ ਜ਼ਮੀਨਾਂ ਸਾਡੇ ਨਾਂ 'ਚ ਲਾਈਆਂ, ਜੰਗ ਜਿੱਤ ਕੇ, ਅਤੇ ਇਹ ਵੀ ਅੱਜ ਜੰਗ ਹੈ ਜਿੱਤਣ ਵਾਲਾ, ਜਿਹਦੇ ਨਾਲ ਤੁਹਾਡੇ ਪੱਖ ਦਾ MP ਤੁਹਾਡੀ ਗੱਲ ਟਕਾ ਕੇ ਪਾਰਲੀਮੈਂਟ ਦੇ ਵਿੱਚ ਅਤੇ ਸੈਂਟਰ ਅਤੇ ਪੰਜਾਬ ਦੀ ਗੌਰਮੈਂਟ ਦੇ ਕੋਲ ਪਹੁੰਚਾ ਸਕੇ। ਜੇ ਉਸ ਨੂੰ ਵੋਟਾਂ ਜ਼ਿਆਦਾ ਪੈਂਦੀਆਂ ਤਾਂ ਪਾਰਲੀਮੈਂਟ ਵੀ ਉਹਦੇ ਤੋਂ ਡਰੂਗੀ, ਸੈਂਟਰ ਦੀ ਸਰਕਾਰ ਵੀ ਉਹਨਾਂ ਤੋਂ ਡਰੂਗੀ ਅਤੇ ਪੰਜਾਬ ਦੀ ਸਰਕਾਰ ਵੀ ਚਾਲੂ ਹੋਊਗੀ। ਇਹ ਹੈ ਸਾਰਾ ਜਮਹੂਰੀਅਤ ਦੇ ਰੰਗ ਵੋਟਾਂ ਦੇ। ਆਪਾਂ ਹੁਣ ਵੋਟ ਪਾ ਕੇ ਜੰਗ ਜਿੱਤਣਾ। ਪੁਰਾਣਾ ਜੰਗ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਉਹ ਹਾਲ ਦੀ ਘੜੇ ਨਹੀਂ ਹੋ ਰਿਹਾ, ਪਰ ਉਹਦੀ ਜਗ੍ਹਾ ਵੋਟਾਂ ਦਾ ਜੰਗ ਆ ਗਿਆ। ਸੋ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਕੈਂਡੀਡੇਟ ਦੀ ਪਰਖ ਕਰੋਗੇ ਕਿਹੜਾ ਤੁਹਾਡੇ ਲਈ ਸਿਰ ਦੇ ਸਕਦਾ, ਕਿਹੜੇ ਨੂੰ ਪਤਾ ਤੁਹਾਡੀਆਂ ਕੀ ਮੁਸ਼ਕਲਾਂ ਹੈ, ਤੁਹਾਡੇ ਖੇਤਾਂ ਨੂੰ ਇੱਥੇ ਪਾਣੀ ਨਹਿਰ ਦਾ ਲੱਗਦਾ ਕਿ ਨਹੀਂ ਲੱਗਦਾ, ਤੁਹਾਡੇ MP ਨੂੰ ਪਤਾ ਹੋਣਾ ਚਾਹੀਦਾ ਘੱਗਰ ਉੱਛਲਦਾ ਕਿ ਨਹੀਂ ਉੱਛਲਦਾ। ਜੇ ਘੱਗਰ ਉੱਛਲਦਾ MP ਦਾ ਕੰਮ ਹੈ ਸਰਕਾਰ ਨੂੰ ਪਹਿਲਾਂ ਤਾੜਨਾ ਕਰੇ। ਮੈਂ ਕਰਤੀ ਹੈ 2 ਵਾਰੀ ਕਿ ਤੁਸੀਂ ਦਰਿਆ ਦੇ ਅੰਦਰ ਦੀ ਸਫਾਈ ਕਰੋ, ਪਿੱਛੋਂ ਇਹਦੇ ਵਿੱਚ ਰੇਤਾ ਅਤੇ ਮਿੱਟੀ ਬਹੁਤ ਆਈ ਹੋਈ ਹੈ, ਇਹਦੇ ਕੰਢੇ ਤਕੜੇ ਕੀਤੇ ਜਾਣ। ਇਹ ਸਾਰੇ ਕੰਮ ਕਰਤੇ ਹੈ ਮੈਨੂੰ ਪਤਾ। ਅਤੇ ਜਿਹੜੇ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਉਹਦੀਆਂ ਵੀ ਦਰਖਾਸਤਾਂ ਤੁਸੀਂ ਮੈਨੂੰ ਦਿਓ।